ਅੰਮ੍ਰਿਤਸਰ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਬਠਿੰਡਾ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਅੱਜ ਅਸੀਂ ਇੱਥੇ ਸਾਰੇ ਸ਼ਹਿਰ ਵੱਲੋਂ ਵਿਸ਼ੇਸ਼ ਤੌਰ 'ਤੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਸ ਜਾਂ ਹੋਰ ਵੀ ਸਾਡੇ ਪਾਰਟੀਆਂ ਦੇ ਇੱਥੇ ਜੋ ਵਰਕਰਸ ਪਹੁੰਚੇ ਆ, ਉਹਦੇ ਵਿੱਚ ਜੋ ਅੰਮ੍ਰਿਤਸਰ ਵਿਖੇ ਬਹੁਤ ਹੀ ਦੁਖਦਾਈ ਹਾਦਸਾ ਇੱਕ ਹੋਇਆ, ਜੋ ਲੋਕ ਉੱਥੇ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਹੈ, ਟ੍ਰੇਨ ਐਕਸੀਡੈਂਟ ਹੋਇਆ, ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜੋ ਇੱਥੇ ਕੈਂਡਲ ਮਾਰਚ ਕਰ ਰਹੇ ਹਾਂ। ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਸਾਡੀ ਕਿਸੇ ਪ੍ਰਕਾਰ ਦੀ, ਅਸੀਂ ਸਾਰਾ ਇੱਥੇ ਸ਼ਹਿਰੀ ਜੋ ਇਕੱਠੇ ਹੋਏ ਪਰਿਵਾਰ ਹੈ ਔਰ ਇੱਕ ਪਰਿਵਾਰ ਦੇ ਤੌਰ 'ਤੇ ਅਸੀਂ ਜੋ ਹੈ ਇੱਥੇ ਸ਼ਾਂਤਮਈ ਇੱਕ ਜੋ ਕੈਂਡਲ ਮਾਰਚ ਕਰ ਰਹੇ ਹਾਂ ਔਰ ਉਸ ਪ੍ਰਭੂ, ਉਸ ਵਾਹਿਗੁਰੂ, ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਉੱਥੇ ਲੋਕ ਜਿਨ੍ਹਾਂ ਦਾ ਕਿ ਐਕਸੀਡੈਂਟ ਕਾਰਨ ਮੌਤ ਹੋ ਗਈ, ਘਰ ਵਿਚਾਰੇ ਜਿਨ੍ਹਾਂ ਦੇ ਬੱਚੇ ਬਜ਼ੁਰਗ ਆਪ ਖੁਦ ਕਈ ਤਾਂ ਸਾਰੀਆਂ ਫੈਮਿਲੀਜ਼ ਉੱਥੇ ਖਤਮ ਹੋ ਗਈਆਂ, ਤਾਂ ਉਹਦੇ ਅਸੀਂ ਜੋ ਉਹਨਾਂ ਦੇ ਆਤਮਾ ਦੀ ਸ਼ਾਂਤੀ ਲਈ ਇੱਕ ਕੈਂਡਲ ਮਾਰਚ ਜੋ ਇੱਥੇ ਅੱਜ ਕਰਨ ਜਾ ਰਹੇ ਹਾਂ ਸ਼ਹਿਰ ਦੇ ਵਿੱਚ। ਅੱਜ ਅਸੀਂ ਜੋ ਕੈਂਡਲ ਮਾਰਚ ਕਰ ਰਹੇ ਹਾਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਕਰ ਰਹੇ ਹਾਂ, ਉਹ ਵਿਛੜੀ ਹੋਈ ਰੂਹਾਂ ਲਈ ਜਿਹੜੀ ਰੇਲ ਹਾਦਸੇ ਵਿੱਚ ਕੱਟੀਆਂ ਗਈਆਂ ਉਹਨਾਂ ਦੇ ਪਰਿਵਾਰਾਂ ਲਈ ਪ੍ਰੇਅ ਕਰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦਿਓ ਔਰ ਇਹ ਭਾਣੇ ਨੂੰ ਮੰਨਣ ਦਾ ਸ਼ਹਿਰ ਵਾਸੀਆਂ ਨੂੰ, ਅੰਮ੍ਰਿਤਸਰ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਔਰ ਸਾਰੇ ਸ਼ਹਿਰ ਜਿੰਨੇ ਵੀ ਦੇ ਆਪਣੇ ਸ਼ਹਿਰ ਹੈ ਸਾਰੇ ਸੋਗ ਦੇ ਵਿੱਚ ਹੈ, ਸਾਰੇ ਉਦਾਸ ਹੈ, ਉਹਨਾਂ ਨੂੰ ਸਹਿਣ ਦੀ ਸ਼ਕਤੀ ਦੇਵੇ ਔਰ ਅੱਗੇ ਤੋਂ ਪਰਮਾਤਮਾ ਅੱਗੇ ਇਹੀ ਦੁਆ ਕਰੀਏ ਕਿ ਇਹੋ ਜਿਹਾ ਹਾਦਸਾ ਨਾ ਕੋਈ ਹੋਵੇ। ਅੱਜ ਕੱਢ ਰਹੇ ਹਾਂ ਸ਼ਹਿਰ ਬਠਿੰਡਾ ਦੇ ਵਿੱਚ, ਜੋ ਅੰਮ੍ਰਿਤਸਰ ਦੇ ਵਿੱਚ ਦੁਸਹਿਰੇ ਵਾਲੇ ਦਿਨ ਦੁਖਦਾਈ ਘਟਨਾ ਹੋਈ ਹੈ ਉਹਦਾ ਸਾਰੇ ਪੰਜਾਬ ਨੂੰ ਹੀ ਬਹੁਤ ਦੁੱਖ ਹੈ। ਉਹਨਾਂ ਵਿਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਮਿਲੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਬਲ ਬਖਸ਼ਣ ਇਸ ਭਾਣੇ ਨੂੰ ਮੰਨਣ ਦਾ। ਅਸੀਂ ਇਹੀ ਦੁਆ ਕਰਦੇ ਹਾਂ ਸ਼ਹਿਰ ਵਾਸੀ ਬਠਿੰਡਾ ਦੇ, ਉਹਨਾਂ ਦੀ ਦੁੱਖ ਦੀ ਘੜੀ ਦੇ ਵਾਸਤੇ ਅਸੀਂ ਨਾਲ ਹਾਂ। ਅੰਮ੍ਰਿਤਸਰ ਨਹੀਂ ਜਾ ਸਕਦੇ ਲੇਕਿਨ ਅਸੀਂ ਇੱਥੋਂ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰ ਰਹੇ ਹਾਂ, ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਾਂ। ਪਰਮਾਤਮਾ ਉਹਨਾਂ ਨੂੰ ਯਾਨੀ ਕਿ ਵੀ ਆਪਣੇ ਚਰਨ ਨਿਵਾਸ ਬਖਸ਼ੇ ਔਰ ਪਰਮਾਤਮਾ ਉਹਨਾਂ ਫੈਮਿਲੀਜ਼ ਨੂੰ, ਉਹਨਾਂ ਦੇ ਪਰਿਵਾਰ ਵਾਲੇ ਨੂੰ, ਬੱਚਿਆਂ ਨੂੰ, ਭੈਣਾਂ ਨੂੰ ਔਰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਇਹੀ ਅਸੀਂ ਪਰਮਾਤਮਾ ਦੇ ਮੂਹਰੇ ਦੁਆ ਕਰਦੇ ਹਾਂ।